जलालाबाद पुलिस ने एक ऐसे गिरोह का पर्दाफाश करने में सफलता प्राप्त की है जो भोले भाले ग्रामीणों को बलात्कार के मामले में फंसाने की धमकी देकर ब्लैकमेल कर रहा था। पुलिस ने गिरोह के 5 सदस्यों को काबू किया है जिनमें 3 महिलाएं भी शामिल हैं। गिरोह का एक सदस्य फरार है। पकड़े गए दोषियों से 1,30,000 रुपए की नकदी और एक आल्टो कार भी बरामद की गई है। गिरोह का सहयोग करने वालों में पुलिस कर्मचारी और पत्रकार भी शामिल हैं। जलालाबाद के सिटी थाना की प्रभारी लवमीत कौर से इस पूरे मामले की जानकारी लेते हैं। उसके बाद पीड़ित पूर्व सरपंच भगवान सिंह की बात भी सुनेंगे। सर असीं सिटी जलालाबाद दे विच FIR नंबर 2 रजिस्टर कीती आ 5 लोकां खिलाफ जिदे विच 2 लेडीज ने ते 3 जेंट्स ने। ए सर लड़कियां दा झूठा मेडिकल करवा के ਤੇ ਕਿਸੇ ਅਮੀਰ ਬੰਦੇ ਨੂੰ ਜਾਂ ਭੋਲੇ ਭਾਲੇ ਬੰਦੇ ਨੂੰ ਲੁੱਟਦੇ ਸੀਗੇ ਵੀ ਤੇ ਤੇ ਅਸੀਂ ਮੈਡੀਕਲ ਕਰਵਾ ਲਿਆ ਤੇ ਝੂਠਾ ਰੇਪ ਦਾ ਕੇਸ ਕਰਵਾਵਾਂਗੇ ਜਾਂ ਤੂੰ ਸਾਡੇ ਨਾਲ ਇੰਨਾ ਇਹਦੀ ਡੀਲ ਕਰ ਨਹੀਂ ਤਾਂ ਅਸੀਂ ਤੇਰਾ ਮੈਡੀਕਲ ਕਰਵਾਉਂਦੇ ਆ। ਤੂੰ ਡਰਦਾ ਬੰਦਾ ਪੈਸੇ ਦੇ ਦਿੰਦਾ ਸੀ ਇੱਦਾਂ ਹੀ ਇੰਨਾ ਥੋੜ੍ਹੇ ਦਿਨ ਪਹਿਲਾਂ ਹੀ ਕਿਤੇ ਕੋਈ ਇੱਥੇ ਲੋਕਲ ਪਰਸਨ ਸੀ ਗੁਰੂ ਹਰਸਾਹ ਦਾ ਉਹਨਾਂ ਨਾਲ ਇੱਦਾਂ ਡੀਲ ਕੀਤੀ ਸੀ। ਸਾਨੂੰ ਮੁਖਬਰੀ ਸੀ ਤਾਂ ਅਸੀਂ ਮੁਖਬਰੀ ਜਾ ਕੇ ਇਹਨਾਂ 5 ਲੋਕਾਂ ਨੂੰ ਅਰੈਸਟ ਕੀਤਾ। 1-6 ਬੰਦਾ ਉਹ ਸਾਡੇ ਤੋਂ ਅਰੈਸਟ ਨਹੀਂ ਹੋਇਆ ਗਾ ਤੇ 5 ਸਾਡੇ ਕੋਲ ਅਰੈਸਟ ਵੀ ਹੈਗੇ ਨੇ। ਸਰ ਇਹ ਅਸੀਂ ਤਾਂ ਪਹਿਲਾਂ ਲਈ ਸੀ 420-384-388-120 ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇੱਕ ਲੇਡੀਜ਼ ਦੇ 2 ਆਧਾਰ ਕਾਰਡ ਮਿਲੇ ਨੇ। ਮਤਲਬ ਇੱਕ ਤਾਂ ਉਹਦਾ ਆਧਾਰ ਕਾਰਡ ਮਿਲਿਆ ਆ ਮਨੀਸ਼ਾ ਰਾਇਨ ਦੇ ਨਾਮ ਤੇ, ਇੱਕ ਆਧਾਰ ਕਾਰਡ ਮਿਲਿਆ ਆ ਦਰਸ਼ਨਾ ਰਾਇਨ ਦੇ ਨਾਮ ਤੇ ਤੇ ਫਰਦਰ ਅਸੀਂ ਉਹਦੇ 'ਚ ਵਾਧਾ ਜੁਰਮ ਕੀਤਾ ਆ 465-67-471 ਦਾ। ਬਸ ਸਰ ਇੱਦਾਂ ਹੀ ਕਿ ਝੂਠਾ ਮੈਡੀਕਲ ਕਰਵਾ ਲੈਣਾ, ਪਹਿਲਾਂ ਉਹਨਾਂ ਨਾਲ ਟਾਈ ਅਪ ਕਰਨਾ ਕਿਸੇ ਜੈਂਟਸ ਦਾ ਜਾਂ ਕਿਸੇ ਨੌਜਵਾਨ ਭੋਲੇ ਭਾਲੇ ਬੰਦੇ ਨਾਲ, ਉਸ ਤੋਂ ਬਾਅਦ ਉਹਨੂੰ ਕਿਤੇ ਮਿਲਣ ਵਾਸਤੇ ਬੁਲਾ ਲੈਣਾ, ਝੂਠਾ ਉਹਨੂੰ ਕਹਿਣਾ ਤੇਰੀ ਵੀਡੀਓ ਬਣਾ ਲਈ ਕੁਛ ਕਰ ਰਿਹਾ। ਹੁਣ ਤੱਕ ਸਾਡੇ ਸਾਹਮਣੇ ਫਰਦਰ ਹਲੇ ਤੱਕ ਤਾਂ 1-2 ਪਰਸਨ ਹੀ ਆਇਆ ਸ਼ਾਇਦ ਜਿਹੜਾ ਹੁਣੇ ਬਾਹਰ ਸੀਗਾ ਤੇ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ, ਪਤਾ ਲੱਗਦਾ ਵੀ ਕਿੰਨੇ ਕਿੰਨੇ ਪਰਸਨ ਆਉਣਗੇ। ਫਿਲਹਾਲ ਸਾਡੇ ਕੋਲ 1,30,000 ਰੁਪਏ ਦੀ ਰਿਕਵਰੀ ਹੈ ਤੇ 1 ਅਲਟੋ ਕਾਰ ਤੋਂ ਰਿਕਵਰ ਹੋਈ ਹੈ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਰਿਮਾਂਡ ਵਗੈਰਾ ਲਿਆ ਹੋਇਆ ਦੇਖਦੇ। ਹਾਂਜੀ ਬਿਲਕੁਲ ਸਰ, ਕਿਉਂਕਿ 1-2 ਪਰਸਨ ਜਿਹੜੇ ਆਪਣੇ ਗੁਰੂ ਹਰਸਾਹ ਦੇ ਨੇ ਤੇ ਮੇ ਬੀ ਉਹਨਾਂ ਨਾਲ ਅੱਗੇ ਟਾਈ ਅਪ ਹੋਊਗਾ, ਉਹ ਕਰਦੇ ਅੱਗੇ ਕੀ ਪਤਾ ਲੱਗਦਾ ਆ। ਇਹਨਾਂ 'ਚ 2 ਪ੍ਰੈਸ ਰਿਪੋਰਟਰ ਨੇ, ਬਲੈਕਮੇਲ ਹੋਈ ਜਾਂਦੇ ਤੇ 1.5 ਲੱਖ ਰੁਪਇਆ ਮੰਦੇ ਕਿਹਦਾ ਲਿਆ ਤੇਰੇ ਕੋਲ ਲਿਆ ਨੇ ਇਹਨਾਂ ਉਹ ਕੁੜੀ ਜਿਹਨੂੰ ਤੇ ਇੱਕ ਹੈਗਾ ਕ੍ਰਿਸ਼ਨ ਤੇ ਇਹ ਸਾਰੇ ਇੱਥੇ ਕਚਹਿਰੀ ਫਿਰ ਰਾਜਨਾਮਾ ਲਿਖਾ ਤੇ ਫਿਰ ਜਦੋਂ ਉਹਨੇ ਇਹਨਾਂ ਕੇਸ ਆਪਣੇ ਕੱਲ ਦਿੱਤਾ ਗਾ ਗੁਰੂ ਸਾਹਿਬ, ਗੁਰੂ ਸਾਹਿਬ ਉਹ ਕੋਈ ਹਰੀਜਾ ਨੇਗਾ ਸੀ AS ਆਈ ਉਹ ਰਾਜਨਾਮਾ ਨਹੀਂ ਕਰਦਾ ਤੇ ਕੁੜੀ ਵੀ ਨਾਲ ਹੈਗੀ। ਫਿਰ ਇਹ ਮਗਰ ਪਾਰਟੀ ਲੱਗੀ 8-9 ਬੰਦੇ ਵੀ ਇਹ ਕੁੜੀ ਨੂੰ ਆਪਾਂ ਬਈ ਇਸ ਤਰ੍ਹਾਂ ਬਈ ਨਹੀਂ ਆਪ ਜਾਣ ਦੇਣਾ ਰਾਹ ਮੇਰਾ ਮੁਲਾਜ਼ਮ ਸੋ, ਮੈਨੂੰ ਇਹ ਪੈਸੇ ਵਾਪਸ ਕਿਤੇ ਜਾਵਣ ਜਾਂ ਇਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਮੈਨੂੰ ਇਹ ਕ੍ਰਿਸ਼ਨ ਇਹਨਾਂ ਕਿੱਥੋਂ ਦਾ ਕ੍ਰਿਸ਼ਨ ਇਹ ਹੈਗਾ ਪ੍ਰਭਾਤ ਸਿੰਘ ਵਾਲਾ ਜਨਾਨੀ ਉਹ ਪਤਾ ਨਹੀਂ ਮੈਂ ਜਾਣਦਾ ਆ ਕਹਿੰਦੇ ਸੀ ਰਾਹੂ ਕਹਿ ਦੀ ਹੈਗੀ ਇੱਥੋਂ ਦੀ ਹੈ ਕਰਮਚਾਰੀ ਉਹ ਨਾ ਮੈਂ ਜਾਣਦਾ ਨਹੀਂ ਤੇ ਨਾ ਮੈਂ ਕਦੇ ਵੇਖਾਂ ਪੰਜਾਬ ਪੁਲਿਸ ਦੇ दोस्तों वीडियो को लाइक करें, शेयर करें और अपनी राय भी कमेंट बॉक्स में दर्ज कराएं। हमारे चैनल को सब्सक्राइब करके बेल आइकॉन को दबा दें ताकि हमारे हर एक नए वीडियो की जानकारी सबसे पहले आपको मिल सके। धन्यवाद।